ਦਾ ਉਹਨਾਂ ਦੇ ਆਉਂਦੇ ਅਸੀਂ ਕੱਲ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਕਿ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਦੋਂ ਅਸੀਂ 에어ਪੋਰਟ ਵਾਲਾ ਰੂਟ ਆ ਉਹ 에어ਪੋਰਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਜਿਹੜਾ ਬੰਦ ਰੱਖਾਂਗੇ 1 ਘੰਟੇ ਵਾਸਤੇ ਔਰ ਉਸ ਤੋਂ ਬਾਅਦ ਇਹ ਫਿਰ ਦੁਬਾਰਾ ਰੂਟ ਚੱਲੀ ਜਾਊਗਾ ਵਾਪਸੀ ਦੇ ਉੱਤੇ ਅਸੀਂ ਫਿਰ ਇਹਨੂੰ ਦੁਬਾਰਾ ਜਿਹੜਾ ਆ ਉਹ ਕਰੀਬ 3 ਤੋਂ 4 ਫਿਰ ਇਹਨੂੰ ਬੰਦ ਰੱਖਾਂਗੇ ਉਸ ਟਾਈਮ ਦੇ ਦੌਰਾਨ ਜਿੰਨੀਆਂ ਵੀ ਕੋਈ ਜਿਵੇਂ ਫਾਇਰ ਬ੍ਰਿਗੇਡ ਐਂਬੂਲੈਂਸ ਜਾਂ ਹੋਰ ਕੋਈ ਹਸਪੀਟਲ ਦੀ ਗੱਡੀ ਜਾਂ ਵੈਸੇ ਕਿਸੇ ਮਰੀਜ਼ ਦੀ ਕੋਈ ਬੰਦੇ ਨੇ ਕਿਸੇ ਦੀ ਕੋਈ ਪ੍ਰੋਬਲਮ ਹੋਈ ਤਾਂ ਜਿਹੜੀਆਂ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਉਹਨਾਂ ਸਾਰਿਆਂ ਨੂੰ ਬਰੀਫ ਕਰ ਦਿੱਤਾ ਉਹ ਬਿਲਕੁਲ ਉਹਨਾਂ ਨੂੰ ਅਸੀਂ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੱਢਾਂਗੇ ਬਾਕੀ ਜਿੰਨੀ ਵੀ ਆਮ ਜਿਹੜੀ ਪਬਲਿਕ ਆ ਉਹਦੇ ਵਾਸਤੇ ਅਸੀਂ ਡਾਈਵਰਸ਼ਨਾਂ ਕੀਤੀਆਂ ਹੋਈਆਂ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ 에어ਪੋਰਟ ਤੋਂ ਚੱਲਦੇ ਹਾਂ ਤਾਂ ਅੱਡਾ ਰਾਜਾ ਸੰਸੀ ਤੋਂ ਹੀ ਸਾਡੀ ਡਾਇਵਰਸ਼ਨ ਹੋ ਜੂਗੀ ਜਿਹੜੇ ਉਧਰ ਰਾਜਾ ਸੰਸੀ ਵਾਲੀ ਸਾਈਡ ਤੋਂ ਲੋਕ ਸ਼ਹਿਰ ਦੇ ਵਿੱਚ ਐਂਟਰ ਹੋਣਗੇ ਇਸ ਤੋਂ ਬਾਅਦ ਅੱਗੇ ਮੀਰਾਕੋਟ ਚੌਂਕ ਗਮਟਾਲਾ ਚੌਂਕ ਬਾਈਪਾਸ ਇੱਥੇ ਸਾਡੀਆਂ ਡਾਇਵਰਸ਼ਨਾਂ ਲੱਗੀਆਂ ਹੋਣਗੀਆਂ ਕਿਉਂਕਿ ਮੇਨ ਜਿਹੜਾ ਇਹ ਰੂਟ ਆ ਇਹਨੂੰ ਅਸੀਂ ਬਿਲਕੁਲ ਕਲੀਅਰ ਰੱਖਣਾ ਅੱਗੇ ਆ ਕੇ ਰਣਜੀਤ ਐਵਨਿਊ ਵਾਲੀ ਸਾਈਡ ਤੋਂ ਜਿਹੜਾ ਆ ਇਹਨੂੰ ਵੀ ਅਸੀਂ ਸ਼ਹਿਰ ਵੱਲ ਦੀ ਮੋੜਿਆ ਇਹ ਹਰਤੇਜ ਵਾਲੀ ਲਾਈਨ ਜਿਹੜੀ ਆ ਸਾਰੀ ਖਾਲੀ ਰੱਖਾਂਗੇ ਸ਼ਹਿਰ ਦੇ ਵਿੱਚ ਦੀ ਆ ਕੇ ਬਾਕੀ ਸਾਰਾ ਸਾਡਾ ਸ਼ਹਿਰ ਚੱਲਦਾ ਹੋਊਗਾ ਸਿਰਫ ਅਸੀਂ ਅਸ਼ੋਕਾ ਚੌਂਕ ਤੋਂ ਜਿਹੜਾ ਭੰਡਾਰੀਪੁਰ ਵਾਲੀ ਸਾਈਡ ਆ ਉਹ ਅਸੀਂ ਉਹਨਾਂ ਚਿਰ ਜਦੋਂ ਉੱਥੋਂ VIP ਚੱਲਦੇ ਨੇ ਉਦੋਂ ਹੀ ਬੰਦ ਕਰਨੀ ਆ ਬਾਕੀ ਰੂਟੀਨ 'ਚ ਸਾਡਾ ਚੱਲਦਾ ਰਹੂਗਾ ਇਸ ਸਾਰੇ ਕੰਮ ਦੇ ਵਿੱਚ ਸਾਨੂੰ ਕੋਈ ਮਤਲਬ ਅੱਧੇ ਪੌਣੇ ਘੰਟੇ ਦਾ ਟਾਈਮ ਲੱਗ ਜਾਣਾ ਜਿਹਦੇ ਵਿੱਚ ਦੀ ਅਸੀਂ ਉੱਥੋਂ ਥੋੜ੍ਹਾ ਜਿਹਾ ਜਿਹੜੀ ਆ ਜਿੰਨੀ ਇੱਥੇ ਸ਼ਹਿਰ ਦੀ ਸੰਗਤ ਆ ਇੱਥੇ ਦੀ ਪਬਲਿਕ ਆ ਉਹਨਾਂ ਨੂੰ ਅਸੀਂ ਡਾਇਵਰਸ਼ਨਾਂ ਦੇਣੀਆਂ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਤੋਂ ਅਪੀਲ ਕਰਦਾ ਕਿ ਪੂਰਾ ਪੁਲਿਸ ਦਾ ਸਹਿਯੋਗ ਦੇਣ ਤਾਂ ਜੋ ਕਿ ਆਪਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਾ ਆਵੇ ਜੇ ਕਿਸੇ ਨੇ ਵੀ ਇਸ ਟਾਈਮ ਦੇ ਵਿੱਚ ਜਾਣਾ ਕੋਸ਼ਿਸ਼ ਕਰਨ ਅੱਗੇ ਪਿੱਛੇ ਪਹਿਲਾਂ ਇਸ ਰੋਡ ਤੋਂ ਨਿਕਲ ਜਾਣ ਲੇਕਿਨ 12 ਤੋਂ 1 ਜਿਹੜਾ ਟਾਈਮ ਆ ਕੋਈ ਕਰੀਬ 12 ਤੋਂ 12:30 ਅੱਧੇ ਪੌਣੇ ਘੰਟੇ ਦੀ ਗੱਲ ਆ ਉਦੋਂ ਸਾਡਾ ਜਿਹੜਾ ਪੂਰਾ ਸਹਿਯੋਗ ਦੇਣ ਅਸੀਂ ਦਰਬਾਰ ਸਾਹਿਬ ਤੋਂ ਬਾਅਦ ਜਲਿਆਂਵਾਲੇ ਬਾਗ ਤੋਂ ਹੁੰਦੇ ਹੋਏ ਦਰਗਿਆਣਾ ਮੰਦਿਰ ਦੇ ਵਾਲੀ ਸਾਈਡ ਉਹ ਜਿਵੇਂ VIP ਨੇ ਲੰਘਣਾ ਉਸ ਤੋਂ ਥੋੜ੍ਹਾ ਚਿਰ ਪਹਿਲਾਂ ਬੰਦ ਕਰਨੀ ਆ ਔਰ ਉਹਦੇ ਜਾਣ ਤੋਂ ਬਾਅਦ ਇਮੀਜੀਏਟਲੀ ਜਿਹੜੀ ਖੋਲ੍ਹ ਦੇਣੀ ਆ ਖੁੱਲ੍ਹਣ ਤੋਂ ਬਾਅਦ ਵੀ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਰਹਿਣਗੀਆਂ ਤਾਂ ਜੋ ਕਿ ਸਾਰੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਜਾਮ ਨਾ ਲੱਗੇ ਉਹ ਅਸੀਂ ਸਾਡੀਆਂ ਜਿਹੜੀਆਂ ਪਾਰਟੀਆਂ ਲੱਗੀਆਂ ਹੋਣਗੀਆਂ ਸਾਰੀ ਜਿਹੜੀਆਂ ਪਬਲਿਕ ਦੀ ਹੈਲਪ ਕਰਨਗੀਆਂ ਇਹ ਸਾਡਾ ਜਿਹੜਾ ਕੱਲ੍ਹ ਦਾ ਰੂਟ ਆ ਇਹ ਸਾਰਾ ਹੀ ਡਾਇਵਰਸ਼ਨ ਰੂਟ ਸਾਰਾ ਮੈਂ ਤੁਹਾਨੂੰ ਬਰੀਫਲੀ ਦੱਸ ਦਿੱਤਾ ਇਹਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀ ਆ ਉਹਦੇ ਜਿਹੜੇ ਆ ਉਹ ਇੱਥੇ ਸਾਰੇ ਅਮਲ ਲਿਆਉਣ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਜੀ ਜਦੋਂ ਅਸੀਂ ਇੱਧਰੋਂ ਭਰਾਵਾਂ ਵਾਲੇ ਢਾਬੇ ਵਾਲੀ ਸਾਈਡ ਤੋਂ ਜਾਣਾ ਆ ਭਰਾਵਾਂ ਵਾਲੇ ਢਾਬੇ ਤੋਂ ਅਸੀਂ ਸਿੱਧੇ ਜਲਿਆਂਵਾਲੇ ਬਾਗ ਸਨ ਦੇ ਹੁੰਦੇ ਹੋਏ ਅਸੀਂ ਸਿੱਧੇ ਸ਼ਨੀ ਮੰਦਿਰ ਵਾਲੀ ਸਾਈਡ ਥਾਣੀ ਦੀ ਦਰਬਾਰ ਸਾਹਿਬ ਜਾਣਾ ਆ ਇਹਦੇ ਵਾਸਤੇ ਥੋੜ੍ਹਾ ਜਿਹਾ ਟਾਈਮ ਹੀ ਪਹਿਲਾਂ ਜਿਹੜੀ ਆ ਕਿਉਂਕਿ ਇੱਥੇ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਇਸ ਕਰਕੇ ਅਸੀਂ ਉਹਨਾਂ ਚਿਰ ਜਿੰਨਾ ਚਿਰ ਜਦੋਂ ਬਿਲਕੁਲ VIP ਲਾਗੇ ਆ ਗਿਆ ਉਦੋਂ ਹੀ ਏਰੀਏ ਨੂੰ ਰੋਕਣਾ ਥੋੜ੍ਹੇ ਚਿਰ ਵਾਸਤੇ ਵੱਧ ਤੋਂ ਵੱਧ 10 ਮਿੰਟ ਲਈ ਉਸ ਤੋਂ ਬਾਅਦ ਇਮੀਜੀਏਟਲੀ ਫਿਰ ਇਹਨੂੰ ਚਾਲੂ ਕਰ ਦੇਣਾ ਪਰ ਜਿਹੜੇ ਲੋਕ ਆਪਣੀਆਂ ਗੱਡੀਆਂ 'ਤੇ ਜਾਂ ਮੋਟਰਸਾਈਕਲ ਸਕੂਟਰ ਆਉਂਦੇ ਆ ਉਹ ਕੋਸ਼ਿਸ਼ ਹੋਊਗੀ ਸਾਡੀ ਸਾਰੀ ਅਸੀਂ ਪਾਰਕਿੰਗ ਜਿਹੜੀ ਆ ਘਿਓ ਮੰਡੀ ਤੋਂ ਪਿੱਛੇ ਇੱਕ ਪਾਰਕਿੰਗ ਕਰਾਈ ਜਾਵੇ ਬਾਬਾ ਬੁਰਜ ਫੂਲਾ ਸਿੰਘ ਵਾਲੀ ਔਰ ਇਹਦੇ ਨਾਲ ਹੀ ਸੈਕਿੰਡ ਜਿਹੜੀ ਆ ਵੱਡੀ ਜਿਹੜੀ ਸਾਡੀ ਪਾਰਕਿੰਗ ਬਣੀ ਹੋਈ ਆ ਉਹ ਪੁਲ ਦੇ ਉੱਤੋਂ ਦੀ ਜਾ ਕੇ ਉਹ ਸਾਡੀ ਪਾਰਕਿੰਗ ਉਹਦੇ ਵਿੱਚ ਲੋਕ ਸਾਹਿਬ ਇੱਕ VIP ਕਿਵੇਂ ਦੇਸ਼ ਦੇ ਮੁਖੀ ਆ ਰਹੇ ਰਾਸ਼ਟਰਪਤੀ ਲਾਇਸੈਂਸ ਕਿੰਨੇ ਵੈਪਨ ਕਿੰਨੇ ਸਰੈਂਡਰ ਕਰਾਏ ਵੈਪਨ ਕਿੰਨੇ ਤੁਸੀਂ ਜਮ੍ਹਾਂ ਕਰਵਾਏ ਨੇ ਸ਼ਹਿਰ 'ਚੋਂ ਔਰ ਜਿਹੜਾ ਰੂਟ ਤੋਂ ਲੰਘਣਾ ਉੱਥੇ ਜਿਹੜੇ ਸਿਕਿਉਰਿਟੀ ਜਿਹੜੇ ਹਾਈ ਰਾਈਜ਼ ਬਿਲਡਿੰਗ ਨੇ ਇਹਦੇ ਕਿਵੇਂ ਦੇ ਅਰੇਂਜਮੈਂਟ ਰਹਿਣਗੇ ਬਿਲਕੁਲ ਜੀ ਜਦੋਂ ਇਹਨਾਂ ਨੇ 에어ਪੋਰਟ ਤੋਂ ਚੱਲ ਪੈਣਾ ਰੂਟ ਦੇ ਉੱਤੇ ਜਿਨ੍ਹਾਂ ਬੰਦਿਆਂ ਦੇ ਵੀ ਕੋਲ ਸਾਡੇ ਰਿਕਾਰਡ ਦੇ ਮੁਤਾਬਕ ਲਾਇਸੈਂਸੀ ਵੈਪਨ ਆ ਸੀ ਸਾਰੇ ਜਮ੍ਹਾਂ ਕਰ ਲਏ ਇਸ ਰੂਟ ਤੇ ਹਾਂ ਸਾਰੇ ਉੱਥੋਂ 에어ਪੋਰਟ ਤੋਂ ਹੀ ਲੈ ਕੇ ਦਰਬਾਰ ਸਾਹਿਬ ਤੱਕ ਔਰ ਖਾਸ ਕਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਲਿਆਂਵਾਲੇ ਬਾਗ ਦੇ ਔਰ ਦਰਗਿਆਣਾ ਮੰਦਿਰ ਦੇ ਆਲੇ ਦੁਆਲੇ ਜਿਨ੍ਹਾਂ ਜਿਨ੍ਹਾਂ ਦੇ ਵੈਪਨ ਆ ਅਸੀਂ ਸਾਰੇ ਜਮ੍ਹਾਂ ਕਰ ਲਿਆ ਔਰ ਇਹ ਅਸੀਂ ਉਹ ਸਿਰਫ ਥੋੜ੍ਹੇ ਚਿਰ ਲਈ ਹੀ ਜਮ੍ਹਾਂ ਕਰਨੇ ਆ ਇਹ ਨਹੀਂ ਵੀ ਅਸੀਂ ਉਹਨਾਂ ਤੋਂ ਪਹਿਲਾਂ ਐਡਵਾਂਸ ਲੈ ਲਾਂਗੇ ਸਿਰਫ VIP ਮੂਵਮੈਂਟ ਕਰਕੇ ਹੀ ਲੈਣੇ ਆ ਔਰ ਉਹ ਮੂਵਮੈਂਟ ਤੋਂ ਬਾਅਦ ਉਸੇ ਟਾਈਮ ਹੀ ਦੇ ਦੇਣੇ ਆ ਉਹ ਕੋਈ ਜ਼ਿਆਦਾ ਟਾਈਮ ਨਹੀਂ ਅਸੀਂ ਪਹਿਲਾਂ ਇਕੱਠੇ ਕਰਕੇ ਰੱਖਣੇ ਤਾਂ ਜੋ ਕੋਈ ਆਪਣੀ ਸਿਕਿਉਰਿਟੀ ਵਾਸਤੇ ਆਪਣੇ ਕੋਲ ਰੱਖਣ ਔਰ ਉਹਨਾਂ ਬੰਦਿਆਂ ਬਾਰੇ ਵੀ ਸਾਨੂੰ ਪਤਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਸਾਡਾ ਰੂਫ ਟੌਪ ਵੀ ਉੱਥੇ ਸਾਰਾ ਲੱਗਾ ਹੋਣਾ ਆ ਇਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਅਸੀਂ ਉਹਨਾਂ ਦੀ ਹੈਲਪ ਵਾਸਤੇ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਇਸ ਸੰਬੰਧੀ ਰਾਸ਼ਟਰਪਤੀ ਜੀ ਦੇ ਆਮ ਸੰਬੰਧੀ ਸਾਡੇ ਕੋਲ ਆਰਮਡ ਪੁਲਿਸ ਨਾਲ ਦੇ ਸਾਰੇ ਰੇਂਜ ਦੀ ਪੁਲਿਸ ਔਰ ਇਸ ਤੋਂ ਇਲਾਵਾ ਸਾਡੇ ਕੋਲ 10 ਕੰਪਨੀਆਂ CRP ਦੀਆਂ ਵੀ ਆ ਚੁੱਕੀਆਂ ਆ ਉਹ ਸਾਰੀ ਪੁਲਿਸ ਜਿਹੜੀ ਆ ਪਬਲਿਕ ਦੇ ਸਹਿਯੋਗ ਵਾਸਤੇ ਹੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਮਾੜਾ ਆਨਸਰ ਕੋਈ ਖਰਾਬੀ ਨਾ ਕਰੇ ਉਸ ਸੰਬੰਧ ਦੇ ਵਿੱਚ ਜਿਹੜੀਆਂ ਇਹ ਪਾਰਟੀਆਂ ਲੱਗਣੀਆਂ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਤੋਂ ਅਪੀਲ ਮੰਗਦਾ ਕਿ ਪੂਰਾ ਸਹਿਯੋਗ ਦੇਣ ਜੇ ਕਿਸੇ ਨੂੰ ਵੀ ਕੋਈ ਸ਼ੱਕੀ ਬੰਦਾ
जां किसी नूं कोई लवारस चीज़ मिलती आ तो इमीजिएटली जिहड़े साडे पुलिस दे SHO जां साडियां पुलिस पार्टियां उन्हां दे ध्यान च लाउण तां जो कि साडियां जिहड़ियां डिस्पोजल टीमां लगियां हुई सारियां उन्हां नूं चेक करन। ऐसा नहीं, सब तो पहला जो साढ़े को प्रोग्राम आया श्री हरिमंदर साहब जी का आया जी, उस तो बाद उन्होंने उत्थे मत्था टेकना आया, मत्था टेकन तो बाद अपना पूरा उन्होंने अपनी मर्जी मुताबिक जो उन्होंने टाइम दिता आया उन्होंने पूरा उत्थे अपना गुरु घर से नमस्कार होने तो बाद फिर उन्होंने बाद जलियाँ बाग जाना उत्थे उन्होंने शहीदों को रीत देनी आ, फिर उस तो बाद जो दुर्गियाणा मंदिर उन्होंने मत्था टेकना, वो सारा जिहड़ा आ उन्होंने अपने उन्होंने टाइम मिथिया हुआ उस टाइम मुताबिक ही आप सारा जिहड़ा चलना। नहीं देखो जी, जदों दरबार साहब दे विच जांदे संगत ते लगातार चल रही है, संगत नूं नहीं रोकिया जाऊगा, संगत अपनी मत्था टेकूगी, लेकिन यह भी जिथों की असीं जाणा आ थोड़ा जिहा उहदे विच असीं संगत नूं अपील करांगे कि उहनां नूं लंघन वास्ते थोड़ा जिहा रस्ता दिता जाए, और ये सारा SGPC टीम उन्हां दी होगी, वो भी पूरा अपने तरीके मुताबिक संगत नूं भी परेशानी ना होगी और ये भी अपना जिहड़ा मत्था आ बड़े प्यार दे नाल सत्कार नाल टेक लैण। मीडिया दे मैं दसना चाहुंदा जी, RAD मीडिया जिहड़ा आ वो उत्थों दिल्ली तों जिहड़ा उन्हां दा अपना आ रहा, तो इस करके मेरी तुहानूं सारयां नूं अपील आ कि उन्होंने बिल्कुल भी मीडिया अलाउ नहीं किया, तो इस करके जो उत्तों हुक्म आ जूगा उस हुक्म के मुताबिक असं भी ड्यूटी करनी है, तो मेरी तुहानू सारयां नूं हत्थ जोड़ के अपील आ कि तुसीं सारयां ने जिहड़ा आ उत्थे बिल्कुल अंदर ना जायो, तुहानूं असीं सारी उत्थे दीआं जो तुहानूं फोटो वगैरह जो तुहानूं चाहीदियां चीज़ां असीं तुहानूं प्रोवाइड करावांगे। ठीक है जी, असं बिल्कुल देखो अज तक तुहानूं कदी मना ही नहीं किया, जिन्ने भी साढ़े अंदर साढ़े CM साहब जां गवर्नर साहब आउंदे आ असीं बकायदा तुहानूं 127 रूम नंबर वाली साइड ते उपर चढ़ा लईदा, उत्थे तुसीं फोटो कर दिओ, पर जो सानूं उपरों देश होणगे उहदे मुताबिक ही असीं अपना काम करना, उहनां दे देशां मुताबिक ठीक आ, बाहरले बन्ने असीं कोई इहो जिही जगह देख लांगे जिथे तुहानूं मतलब जो उन्हां दी सिक्योरिटी तों बाहर जाके उत्थे असीं कोई आपां तुहाडे नाल सलाह दे नाल देख लांगे उत्थे तुहानूं कोई जगह मुहैया करा देंगे। नहीं शहर तो देखो जी मैं दसना दस्या तुहानूं भी शहर सारा लगातार चलूगा, सिर्फ जदों VIP मूवमेंट चलनी है उत्थों कोई करीब असीं उन्हां दे आउण तों 10 मिनट पहलां रोड क्लीयर करांगे तां जो कि कोई रस्ते दे विच कोई गड्डी जां कोई इहो जिही खराब ना हो जावे जो होई आ तो उहनूं इक साइड ते करा सकीए, बाकी सारा रूट चलता रहेगा तो आने तो भी पहला चलूगा, और ईवन जो दरबार साहब आ जाएंगे उदों भी सारे रूट चलते रहेंगे, असी ज़्यादा कोई किसी भी संगत को जां जिहड़ी पब्लिक आ उन्हां नूं कोई हरासमेंट नहीं होगी, साडियां पार्टियां बकायदा जिहड़ियां ब्रीफ कीतियां हुई असी उन्हां नूं जदों लंघन दे थोड़ा चिर पहला तो थोड़ा चिर बाद उही बंद करना बस। धन्यवाद जी सारे का। हाँ ये साडा सारा रूट मैप बनया हुआ, जदों असी एयरपोर्ट तो असी जदों एयरपोर्ट तो चलते हाँ एयरपोर्ट लो जी देखो एयरपोर्ट तो लैके श्री दरबार साहब तो